ਪਨਗੀ ਬੁੱਕ ਦੇ ਵਿੱਚੋਂ ਅੰਗ ਸੰਗ ਕਹਾਣੀ ਦੂਜਾ ਵਿਆਹ ਇਕਾਂਗੀ ਅੰਗ ਸੰਗ ਕਹਾਣੀ ਲਿਖੀ ਹੈ ਵਰਿਆਮ ਸਿੰਘ ਸੰਧੂ ਦੀ ਦੂਜਾ ਵਿਆਹ ਇਕਾਂਗੀ ਹੈ ਸੰਤ ਸਿੰਘ ਸੇਖੋ ਕਿਹੜੀ ਸਮੱਸਿਆ ਲਈ ਹੈ ਇਹਦੇ ਵਿੱਚ ਦੂਜੇ ਵਿਆਹ ਦੀ ਇਹਦੀ ਮੁੱਖ ਪਾਤਰ ਕੌਣ ਹੈ ਮਨਜੀਤ ਨਿਹਾਲ ਕੌਰ ਇਹ ਤਿੰਨੋ ਹੀ ਆਪਣੀ ਆਪਣੀ ਜਗ੍ਹਾ ਤੇ ਮਹੱਤਵਪੂਰਨ ਪਾਤਰ ਨੇ ਔਰ ਇਸ ਤੋਂ ਇਲਾਵਾ ਸੁਖਦੇਵ ਕੌਰ ਜਿਹੜੀ ਨਿਹਾਲ ਕੌਰ ਦੀ ਬੇਟੀ ਹੈ ਗੁਰਦਿੱਤ ਸਿੰਘ ਜੋ ਕਿ ਨਿਹਾਲ ਕੌਰ ਦਾ ਪਤੀ ਹੈ ਬਲਵੰਤ ਸਿੰਘ ਜੋ ਕਿ ਨਿਹਾਲ ਕੌਰ ਦਾ ਜਵਾਈ ਹੈ ਤੇ ਸੁਖਦੇਵ ਕੌਰ ਦਾ ਪਤੀ ਹੈ ਉਹ ਵੀ ਸਹਾਇਕ ਪਾਤਰ ਨੇ ਜਿਨ੍ਹਾਂ ਦੇ ਆਉਣ ਨਾਲ ਇਕਾਂਗੀ ਨੇਪਰੇ ਚੜ੍ਹਦਾ ਆਪਣੀ ਜੋ ਇਕਾਂਗੀ ਦੇ ਵਿੱਚ ਸਮੱਸਿਆ ਲਈ ਹੈ ਦੂਜੇ ਵਿਆਹ ਦੀ ਉਹਨੂੰ ਹੱਲ ਕਰਨ ਵਿੱਚ ਇਹ ਇਕਾਂਗੀ ਸਫਲ ਹੋਇਆ ਇਕਾਂਗੀਕਾਰ ਸੰਤ ਸਿੰਘ ਸੇਖੋ ਸਭ ਤੋਂ ਪਹਿਲਾਂ ਦੋਨੋਂ ਇੱਕ ਜਿਹੜੇ ਟੌਪਿਕ ਕਰਦੇ ਹਾਂ ਅੰਗ ਸੰਗ ਕਹਾਣੀ ਤੇ ਦੂਜਾ ਵਿਆਹ ਇਕਾਂਗੀ ਧਿਆਨ ਨਾਲ ਸਮਝੋ ਦੂਜਾ ਵਿਆਹ ਇਕਾਂਗੀ ਦੇ ਸਿਰਲੇਖ ਦੀ ਸਾਰਥਿਕਤਾ ਕੀ ਹੈ ਕਿ ਇਹ ਢੁਕਵਾਂ ਸਿਰਲੇਖ ਹੈ ਸੰਤ ਸਿੰਘ ਸੇਖੋ ਦਾ ਲਿਖਿਆ ਹੈ ਇਸ ਵਿੱਚ ਇਕਾਂਗੀਕਾਰ ਨੇ ਦੂਜੇ ਵਿਆਹ ਦੀ ਸਮੱਸਿਆ ਲਈ ਹੈ ਇਸ ਇਕਾਂਗੀ ਦੇ ਸਾਰੇ ਪਾਤਰ ਹੀ ਮਨਜੀਤ ਨਿਹਾਲ ਕੌਰ ਸੁਖਦੇਵ ਵਿਆਹ ਦੀ ਸਮੱਸਿਆ ਦੂਜੇ ਵਿਆਹ ਦੀ ਸਮੱਸਿਆ ਨੂੰ ਵਿਚਾਰਦੇ ਨੇ ਕਿਸੇ ਨਾ ਕਿਸੇ ਰੂਪ ਵਿੱਚ ਜਿਵੇਂ ਮਨਜੀਤ ਕੌਰ ਹੈ ਉਸਨੂੰ ਨਿਹਾਲ ਕੌਰ ਸੱਸ ਦੇ ਰੂਪ ਵਿੱਚ ਹਰ ਸਮੇਂ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਹੈ ਕਿ ਤੂੰ ਤਾਂ ਮੇਰੇ ਪੁੱਤਰ ਦੇ ਲਾਇਕ ਹੀ ਨਹੀਂ ਹੈ ਚਾਰ ਅੱਖਰ ਕੀ ਪੜ੍ਹ ਲਏ ਆ ਕਿ ਇਸਤਰੀ ਸਭਾ ਬਣਾ ਕੇ ਬੈਠ ਗਈ ਹੈ ਠੀਕ ਹੈ ਜਿਹੜੀ ਕਿ ਇਹਨਾਂ ਦੇ ਦੂਜੇ ਵਿਆਹ ਦੀ ਸਮੱਸਿਆ ਜਿਵੇਂ ਹੱਲ ਕਰ ਦੇਗੀ ਤੇ ਉਹ ਵੀ ਇਸ ਗੱਲ ਨੂੰ ਮਨਜੀਤ ਕੌਰ ਮਜ਼ਾਕ ਵਿੱਚ ਲੈ ਕੇ ਜਾਂਦੀ ਕਿ ਕਰ ਲਓ ਦੂਜਾ ਵਿਆਹ ਠੀਕ ਹੈ ਮੈਂ ਤੁਹਾਡਾ ਫਿਰ ਵੀ ਪਿੱਛਾ ਨਹੀਂ ਛੱਡਣ ਵਾਲੀ ਇੱਥੇ ਹੀ ਸ਼ਹੀਦ ਹੋ ਜਾਵਾਂਗੀ ਤੁਹਾਡੇ ਦਰ ਤੇ ਸੁਖਦੇਵ ਹੈ ਜਿਹੜਾ ਉਹ ਇੱਕ ਖੁੱਲੇ ਡੁੱਲੇ ਸੁਭਾਅ ਵਾਲਾ ਹਸਮੁਖ ਸੁਭਾਅ ਵਾਲਾ ਪਾਤਰ ਹੈ ਉਹ ਇਸ ਦੂਜੇ ਵਿਆਹ ਦੀ ਸਮੱਸਿਆ ਨੂੰ ਮਜ਼ਾਕ ਵਿੱਚ ਲੈ ਕੇ ਜਾਂਦਾ ਕੋਈ ਨੀ ਬੀਜੀ ਤੁਸੀਂ ਕਰ ਲਓ ਦੂਜਾ ਵਿਆਹ ਠੀਕ ਹੈ ਮਨਜੀਤ ਮੇਰੇ ਨਾਲ ਛਾਉਣੀ ਰਿਹਾ ਕਰੋ ਤੇ ਦੂਜੀ ਨੂੰ ਤੁਹਾਡੀ ਸੇਵਾ ਕਰਿਆ ਕਰੋ ਇਕਾਂਗੀ ਵਿੱਚ ਇਹ ਸਮੱਸਿਆ ਉਸ ਸਮੇਂ ਸਿਖਰ ਤੇ ਪਹੁੰਚਦੀ ਹੈ ਜਦੋਂ ਨਿਹਾਲ ਕੌਰ ਦੀ ਬੇਟੀ ਸੁਖਦੇਵ ਕੌਰ ਘਰ ਆਉਂਦੀ ਹੈ ਤੇ ਉਹ ਦੱਸਦੀ ਹੈ ਕਿ ਉਸਦਾ ਪਤੀ ਹੈ ਪਹਿਲਾਂ ਤਾਂ ਚਿੱਠੀ ਆਉਂਦੀ ਹੈ ਚਿੱਠੀ ਦੇ ਵਿੱਚ ਲਿਖਿਆ ਕਿ ਭੈਣ ਜੀ ਬੀਬੀ ਜੀ ਬਹੁਤ ਪਰੇਸ਼ਾਨ ਨੇ ਮਨਜੀਤ ਪੜ੍ਹ ਕੇ ਦੱਸਦੀ ਹੈ ਕਿ ਜਿਹੜੇ ਸਾਡੇ ਜਵਾਈ ਨੇ ਬਲਵੰਤ ਸਿੰਘ ਜੀ ਉਹ ਕੀ ਹੈ ਸ਼ਰਾਬ ਪੀਣ ਲੱਗ ਗਏ ਆ ਤੇ ਸ਼ਰਾਬ ਪੀ ਕੇ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੇ ਆ ਪਰ ਜਦੋਂ ਸੁਖਦੇਵ ਕੌਰ ਘਰ ਆਉਂਦੀ ਹੈ ਉਹ ਕਹਿੰਦੀ ਐਸੀ ਕੋਈ ਗੱਲ ਨਹੀਂ ਹੈ ਠੀਕ ਹੈ ਇਹ ਦੂਜੇ ਵਿਆਹ ਦੀ ਗੱਲ ਕੀ ਕੀਤੀ ਗਈ ਹੈ ਇਹ ਵੈਸੇ ਹੀ ਉਹ ਚਿੱਠੀ ਵਿੱਚ ਲਿਖਿਆ ਗਿਆ ਕੋਈ ਏਦਾਂ ਦੀ ਗੱਲ ਨਹੀਂ ਹੈ ਕਿ ਅਜੇ ਦੂਜੇ ਵਿਆਹ ਦੀ ਕੋਈ ਗੱਲ ਨਹੀਂ ਹੋਈ ਅਸਲ ਵਿੱਚ ਕੀ ਹੈ ਨਿਹਾਲ ਕੌਰ ਨੂੰ ਇਸ ਗੱਲ ਤੋਂ ਸਬਕ ਮਿਲਦਾ ਹੈ ਕਿ ਆਪਣੀ ਧੀ ਦਾ ਦੁੱਖ ਹੈ ਪਰ ਜਿਹੜੀ ਪਰਾਈ ਧੀ ਇੱਥੇ ਨੂੰਹ ਬਣ ਕੇ ਆਈ ਹੈ ਉਹਦੇ ਵੀ ਕੋਈ ਜ਼ਿੰਦਗੀ ਦੇ ਅਰਮਾਨ ਨੇ ਫਿਰ ਨਿਹਾਲ ਕੌਰ ਹੈ ਆਪਣੀ ਨੂੰਹ ਤੋਂ ਇਸ ਗਲਤੀ ਦੀ ਮਾਫ਼ੀ ਮੰਗਦੀ ਹੈ ਤੇ ਕਹਿੰਦੀ ਹੈ ਕਿ ਤੁਹਾਡੀ ਜਿਹੜੀ ਇਸਤਰੀ ਸਭਾ ਹੈ ਉਹ ਮੇਰੀ ਜਿਹੜੀ ਧੀ ਹੈ ਸੁਖਦੇਵ ਕੌਰ ਦੀ ਸਮੱਸਿਆ ਦਾ ਹੱਲ ਸਮਾਧਾਨ ਲੱਭੇਗੀ ਠੀਕ ਹੈ ਕਲੀਅਰ ਹੈ ਇਹ ਹੈ ਦੂਜੇ ਵਿਆਹ ਇਕਾਂਗੀ ਦਾ ਸਿਰਲੇਖ ਬਿਲਕੁਲ ਢੁਕਵਾਂ ਹੈ ਇਸ ਇਕਾਂਗੀ ਦਾ ਸਿਰਲੇਖ ਕਿਉਂਕਿ ਢੁਕਵਾਂ ਕਿਉਂਕਿ ਇਸ ਇਕਾਂਗੀ ਦੇ ਵਿੱਚ ਸਮੱਸਿਆ ਕਿਹੜੀ ਲਈ ਹੈ ਦੂਜੇ ਵਿਆਹ ਦੀ ਸਮੱਸਿਆ ਨਾਲ ਸੰਬੰਧਿਤ ਪੂਰਾ ਇਕਾਂਗੀ ਹੈ ਨੈਕਸਟ ਕੁਸ਼ਚਨ ਵੱਡੇ ਕੁਸ਼ਚਨ ਇੱਕ ਵਾਰੀ ਸਮਝ ਲਓ ਨਿਹਾਲ ਕੌਰ ਕਿਹੜੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਤਰ ਹੈ ਯੈਸ ਕਿਹੜੀ ਪੀੜ੍ਹੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਤਰ ਹੈ ਜੇ ਆਪਾਂ ਜਾਣ ਪਛਾਣ ਵੀ ਲਿਖੀਏ ਪੁਰਾਣੀ ਪੀੜ੍ਹੀ ਦੀ ਮਨਜੀਤ ਕਿਹੜੀ ਪੀੜ੍ਹੀ ਦੀ ਹੈ ਮਨਜੀਤ ਪੜ੍ਹੀ ਲਿਖੀ ਹੈ ਉਹ ਕੀ ਹੈ ਨਿਹਾਲ ਕੌਰ ਅਨਪੜ੍ਹ ਹੈ ਠੀਕ ਹੈ ਹਰ ਗੱਲ ਤੇ ਆਪਣੀ ਨੂੰਹ ਨੂੰ ਕੀ ਦਿੰਦੀ ਹੈ ਤੇ ਧਮਕੀ ਕਿਹਦੀ ਦਿੰਦੀ ਹੈ ਆਪਣੇ ਪੁੱਤਰ ਤੇ ਕੀ ਕਰਦੀ ਹੈ ਬੜਾ ਮਾਣ ਬੜਾ ਪਿਆਰ ਕਰਦੀ ਹੈ ਠੀਕ ਹੈ ਉਹਦੇ ਆਉਣ ਤੇ ਉਹ ਦੋਨੋਂ ਹੀ ਨੂੰਹ ਤੇ ਸੱਸ ਖਾਣ ਪੀਣ ਦੇ ਆਹਰ ਵਿੱਚ ਰੁੱਝ ਜਾਂਦੀਆਂ ਨੇ ਠੀਕ ਹੈ ਫਿਰ ਲਾਸਟ ਇਹ ਹੈ ਕਿ ਨਿਹਾਲ ਕੌਰ ਆਪਣੀ ਗਲਤੀ ਦਾ ਪਛਤਾਵਾ ਕਰਨ ਵਾਲੀ ਗਲਤੀ ਦੀ ਮਾਫ਼ੀ ਮੰਗਣ ਵਾਲੀ
ਔਰ ਮਨਜੀਤ ਕੌਰ ਦ੍ਰਿੜ ਇਰਾਦੇ ਵਾਲੀ ਪੜ੍ਹੀ ਲਿਖੀ ਔਰਤਾਂ ਦੇ ਹੱਕ ਵਿੱਚ ਔਰਤਾਂ ਦੇ ਹੱਕ ਵਿੱਚ ਕਿਉਂ ਹੈ ਇਸਤਰੀ ਦੇ ਸਭਾ ਬਣਾਈ ਹੈ ਠੀਕ ਹੈ ਉਹ ਇਸਤਰੀ ਸਭਾ ਕੀ ਕਰੇਗੀ ਔਰਤਾਂ ਦੇ ਹੱਕਾਂ ਦੀ ਰਖਵਾਲੀ ਕਰਨ ਲਈ ਔਰਤਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਲਈ ਠੀਕ ਹੈ ਕਲੀਅਰ ਹੈ ਔਰ ਸਮੁੱਚੇ ਤੌਰ ਤੇ ਅਸੀਂ ਕੀ ਕਹਿ ਸਕਦੇ ਹਾਂ ਲਾਸਟ ਤੇ ਕਹਿਣਾ ਕਿ ਸਮੁੱਚੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਮਨਜੀਤ ਕੌਰ ਬੜੀ ਸੁਲਝੀ ਹੋਈ ਸਮਝਦਾਰ ਪੜ੍ਹੀ ਲਿਖੀ ਆਪਣੇ ਸਹੁਰੇ ਪਰਿਵਾਰ ਵਿੱਚ ਸਮਝਦਾਰੀ ਦੇ ਨਾਲ ਬੜੀ ਦਲੀਲ ਦੇ ਨਾਲ ਗੱਲ ਕਰਨ ਵਾਲੀ ਹੈ ਆਪਣੀ ਸੱਸ ਦੇ ਨਾਲ ਉਸਦਾ ਰਿਸ਼ਤਾ ਇਸੇ ਕਰਕੇ ਕਾਇਮ ਹੈ ਕਿਉਂਕਿ ਆਪਣੀ ਸੱਸ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੀ ਉਸ ਗੱਲ ਨੂੰ ਮਜ਼ਾਕ 'ਚ ਲੈ ਕੇ ਜਾਂਦੀ ਭਾਵੇਂ ਉਹ ਅੱਜ ਦੇ ਜ਼ਮਾਨੇ ਦੀ ਹੈ ਪਰ ਆਪਣੀ ਪੁਰਾਣੇ ਜ਼ਮਾਨੇ ਦੀ ਪੁਰਾਣੇ ਵਿਚਾਰਾਂ ਵਾਲੀ ਸੱਸ ਦੀ ਗੱਲ ਨੂੰ ਮਜ਼ਾਕ ਵਿੱਚ ਲਿਜਾ ਕੇ ਰਿਸ਼ਤੇ ਨੂੰ ਕਾਇਮ ਕਰੀ ਰੱਖਦੀ ਹੈ ਠੀਕ ਹੈ ਔਰ ਸਮਝਦਾਰੀ ਵਾਲੀ ਹੈ ਨੈਕਸਟ ਹੈ ਕੁਸ਼ਚਨ ਕੀ ਦੂਜਾ ਵਿਆਹ ਇਕਾਂਗੀ ਵਿੱਚ ਪੇਸ਼ ਹੋਈ ਦੂਜੇ ਵਿਆਹ ਦੀ ਸਮੱਸਿਆ ਕੀ ਹੈ ਉਸ ਬਾਰੇ ਵਿਚਾਰ ਕਰੋ ਜਾਂ ਇਸ ਇਕਾਂਗੀ ਦਾ ਵਿਸ਼ਾ ਕੀ ਹੈ ਨੋਟ ਕਰ ਲਓ ਬੇਟੇ ਕੁਸ਼ਚਨ ਇਸ ਇਕਾਂਗੀ ਦਾ ਵਿਸ਼ਾ ਕੀ ਹੈ ਜਾਂ ਇਸ ਇਕਾਂਗੀ ਵਿੱਚ ਸਮੱਸਿਆ ਕੀ ਲਈ ਹੈ ਔਰ ਇਸ ਇਕਾਂਗੀ ਵਿੱਚ ਪੇਸ਼ ਕੀਤੀ ਗਈ ਸਮੱਸਿਆ ਤੇ ਵਿਚਾਰ ਕਰੋ ਤਿੰਨਾਂ ਦਾ ਆਂਸਰ ਸੇਮ ਆਣਾ ਸਭ ਤੋਂ ਪਹਿਲੀ ਲਾਈਨ ਕੀ ਲਿਖਾਂਗੇ ਸੰਤ ਸਿੰਘ ਸੇਖੋਂ ਦੇ ਇਕਾਂਗੀ ਦੂਜਾ ਵਿਆਹ ਇਕਾਂਗੀ ਦਾ ਵਿਸ਼ਾ ਕੀ ਹੈ ਦੂਜੇ ਵਿਆਹ ਦੀ ਸਮੱਸਿਆ ਦੂਜੇ ਵਿਆਹ ਦੀ ਸਮੱਸਿਆ ਲਈ ਗਈ ਹੈ ਨੂੰਹ ਸੱਸ ਦੇ ਰਿਸ਼ਤੇ ਦੇ ਵਿੱਚ ਜਿਹੜਾ ਝਗੜਾ ਹੈ ਇਸ ਰਿਸ਼ਤੇ ਵਿੱਚ ਜਿਹੜੀਆਂ ਉਲਝਣਾਂ ਨੇ ਉਹਨੂੰ ਪ੍ਰਗਟਾਉਣ ਦੇ ਨਾਲ ਵੀ ਸੰਬੰਧਿਤ ਹੈ ਕਿਉਂਕਿ ਉਲਝਣਾਂ ਨੇ ਇਹ ਸ਼ੁਰੂ ਤੋਂ ਹੀ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਵਿੱਚ ਜਿਹੜੇ ਆਪਸ ਵਿੱਚ ਵਿਚਾਰ ਨਾ ਮਿਲਦੇ ਹੋਣ ਕਾਰਨ ਇਕਾਂਗੀਕਾਰ ਨੇ ਰਿਸ਼ਤੇ ਦੀਆਂ ਉਲਝਣਾਂ ਨੂੰ ਬੜੇ ਦਲੀਲ ਦੇ ਨਾਲ ਹੱਲ ਦੇ ਨਾਲ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਇਸ ਇਕਾਂਗੀ ਦੇ ਵਿੱਚ ਨਿਹਾਲ ਕੌਰ ਜੋ ਕਿ ਮਨਜੀਤ ਕੌਰ ਦੀ ਸੱਸ ਹੈ ਇਕਾਂਗੀਕਾਰ ਦੱਸਦਾ ਹੈ ਕਿ ਉਹ ਬਾਰ ਬਾਰ ਆਪਣੀ ਨੂੰਹ ਨੂੰ ਜਦੋਂ ਦੂਜੇ ਵਿਆਹ ਦੀਆਂ ਧਮਕੀਆਂ ਦਿੰਦੀ ਹੈ ਤੇ ਨੂੰਹ ਬੜੀ ਸਿਆਣਪ ਤੇ ਨੂੰਹ ਕੌਣ ਹੈ ਮਨਜੀਤ ਦੇ ਰੂਪ ਵਿੱਚ ਨੂੰਹ ਮਨਜੀਤ ਦੇ ਰੂਪ ਵਿੱਚ ਦੂਜੇ ਵਿਆਹ ਦੀ ਸਮੱਸਿਆ ਨੂੰ ਬੜੀ ਸਮਝਦਾਰੀ ਦੇ ਨਾਲ ਬੜੀ ਸਿਆਣਪ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਸੱਸ ਦੀਆਂ ਵਧੀਕੀਆਂ ਨੂੰ ਸੱਸ ਦੇ ਤਾਨੇ ਮੀਨਿਆਂ ਨੂੰ ਹਾਸੇ ਮਜ਼ਾਕ ਵਿੱਚ ਲਿਜਾਂਦੀ ਹੋਈ ਘਰ ਦਾ ਮਾਹੌਲ ਹੈ ਜਿਹੜਾ ਸੁਖਾਵਾਂ ਬਣਾਈ ਰੱਖਦੀ ਹੈ ਕੌਣ ਬੇਟੇ ਮਨਜੀਤ ਇਸ ਤਰ੍ਹਾਂ ਜਿਹੜੀ ਮਨਜੀਤ ਹੈ ਉਹ ਅਹਿਮ ਭੂਮਿਕਾ ਨਿਭਾਉਂਦੀ ਹੈ ਦੂਜੇ ਵਿਆਹ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਇਸ ਇਕਾਂਗੀ ਦੇ ਵਿੱਚ ਪੁਰਾਣੀ ਤੇ ਨਵੀਂ ਪੀੜ੍ਹੀ ਦੇ ਵਿਚਾਰਾਂ ਨੂੰ ਅਜਿਹਾ ਪੇਸ਼ ਕੀਤਾ ਗਿਆ ਕਿ ਨਿਹਾਲ ਕੌਰ ਜੋ ਕਿ ਪੁਰਾਣੀ ਵਿਚਾਰਾਂ ਦੀ ਧਾਰਨੀ ਹੋਣ ਕਰਕੇ ਆਪਣੀ ਨੂੰਹ ਮਨਜੀਤ ਦੇ ਘੁੰਡ ਨਾ ਕੱਢਣ ਤੇ ਵੀ ਕੀ ਕਰਦੀ ਹੈ ਇਤਰਾਜ਼ ਕਰਦੀ ਹੈ ਇਤਰਾਜ਼ ਕਰਦੀ ਹੈ ਉਹਨੂੰ ਬੋਲਦੀ ਹੈ ਠੀਕ ਹੈ ਉਹਦੇ ਪੜ੍ਹੇ ਲਿਖੇ ਹੋਣ ਤੇ ਵੀ ਉਹਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਇਹਨੇ ਚਾਰ ਅੱਖਰ ਕੀ ਪੜ੍ਹ ਲਿਆ ਕਿ ਹੁਣ ਸਾਡੇ ਅੱਗੇ ਜ਼ਬਾਨ ਲੜਾਏਗੀ ਤੇ ਆਪਣੀ ਸਭਾ ਬਣਾ ਲਈ ਹੈ ਕਿ ਸਾਰਾ ਦਿਨ ਗੁਆਂਢਣ ਦੇ ਨਾਲ ਜਿਹੜੀ ਸਭਾ ਬਣਾਈ ਉਹਦੇ ਨਾਲ ਹੀ ਸਾਰਾ ਦਿਨ ਗੱਲਾਂ ਬਾਤਾਂ ਤੇ ਚੁਗਲੀ ਨਿੰਦਿਆ ਕਰਦੀ ਰਹਿੰਦੀ ਉਹਨੂੰ ਸਗੋਂ ਉਲਟਾ ਬੋਲਦੀ ਹੈ ਇਸ ਤਰ੍ਹਾਂ ਇਕਾਂਗੀ ਦੇ ਵਿੱਚ ਇਹ ਸਮੱਸਿਆ ਉਸ ਸਮੇਂ ਹੱਲ ਹੁੰਦੀ ਹੈ ਜਦੋਂ ਕਿ ਇਕਾਂਗੀ ਦੇ ਵਿੱਚ ਇਕਾਂਗੀ ਦੇ ਅੰਤ ਦੇ ਵਿੱਚ ਨਿਹਾਲ ਕੌਰ ਦੀ ਪੁੱਤਰੀ ਇੱਕ ਨਿਮਨ ਪਾਤਰ ਸੁਖਦੇਵ ਕੌਰ ਜਦੋਂ ਚਿੱਠੀ ਵਿੱਚ ਲਿਖਦੀ ਹੈ ਕਿ ਉਸਦੇ ਪਤੀ ਨੇ ਵੀ ਉਸਨੂੰ ਦੂਜਾ ਵਿਆਹ ਕਰਨ ਦੀ ਧਮਕੀ ਦਿੱਤੀ ਹੈ ਤੇ ਉਹ ਸ਼ਰਾਬ ਪੀਣ ਲੱਗ ਪਿਆ ਤੇ ਉਹ ਸ਼ਰਾਬ ਪੀ ਕੇ ਉਹਨਾਂ ਨੂੰ ਤੰਗ ਕਰਦਾ ਹੈ ਇਸ ਤੇ ਨਿਹਾਲ ਕੌਰ ਨੂੰ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਆਪਣੀ ਗਲਤੀ ਦੀ ਮਾਫ਼ੀ ਮੰਗਦੀ ਹੈ ਤੇ ਜਿਹੜੀ ਦੂਜੇ ਵਿਆਹ ਦੀ ਸਮੱਸਿਆ ਹੈ ਉਹ ਇਹ ਇਕਾਂਗੀ ਹੱਲ ਕਰਨ ਦੇ ਵਿੱਚ ਬਿਲਕੁਲ ਸਫਲ ਹੋਇਆ ਹੈ ਕਲੀਅਰ ਇਹੀ ਸਿਰਲੇਖ ਹੈ ਕਿ ਬਾਰ ਬਾਰ ਦੂਜੇ ਵਿਆਹ ਦੀ ਗੱਲ ਆਈ ਹੈ ਕਿਹੜੇ ਕਿਹੜੇ ਪਾਤਰ ਰਾਹੀਂ ਆਈ ਹੈ ਇਸ ਕਰਕੇ ਇਕਾਂਗੀ ਦਾ ਸਿਰਲੇਖ ਢੁਕਵਾਂ ਸਿਰਲੇਖ ਤੇ ਵਿਸ਼ੇ ਵਿੱਚ ਫਰਕ ਕੀ ਹੈ ਸਿਰਲੇਖ ਹੁੰਦਾ ਕਿ ਟਾਈਟਲ ਹੈ ਜਿਹੜਾ ਲਿਖਿਆ ਹੈ ਉਹ ਸਹੀ ਲਿਖਿਆ ਬਿਲਕੁਲ ਸਹੀ ਹੈ ਕਿਉਂਕਿ ਬਾਰ ਬਾਰ ਦੂਜੇ ਵਿਆਹ ਦੀ ਗੱਲ ਹੈ ਜਿਹਦੇ ਜਿਹਦੇ ਵੱਲੋਂ ਆਈ ਹੈ ਉਹ ਗੱਲ ਲਿਖਣੀ ਹੈ ਔਰ ਵਿਸ਼ਾ ਕੀ ਲਿਆ ਵਿਸ਼ਾ ਕੀ ਹੈ ਤੇ ਉਹਨੂੰ ਹੱਲ ਕਰਨਾ ਚਾਹੀਏ ਡਨ ਚੈਪਟਰ ਹੁਣ ਆਪਾਂ ਗੱਲ ਕਰੀਏ ਅੰਗ ਸੰਗ ਕਹਾਣੀ ਵਰਿਆਮ ਸਿੰਘ ਸੰਧੂ ਦੀ ਲਿਖੀ ਹੋਈ ਹੈ ਇਕਾਂਗੀ
ਵਰਿਆਮ ਸਿੰਘ ਸੰਧੂ ਦਾ ਜਨਮ ਕਦੋਂ ਹੋਇਆ? 1945 ਵਿੱਚ। ਡੇਟ ਵੀ ਦਿੱਤੀ ਹੋਈ ਆ 10 ਸਤੰਬਰ। ਵਰਿਆਮ ਸਿੰਘ ਸੰਧੂ ਦਾ ਜਨਮ ਕਿੱਥੇ ਹੋਇਆ? ਚਵਿੰਡਾ ਕਲਾ, ਅੰਮ੍ਰਿਤਸਰ। ਇਹ ਤਾਂ ਲਰਨ ਕਿੱਥੇ ਹੋਏ, ਵੈਰੀ ਗੁੱਡ। ਵਰਿਆਮ ਸਿੰਘ ਸੰਧੂ ਦੇ ਪਿਤਾ ਦਾ ਨਾਮ? ਪਿਤਾ ਦਾ ਨਾਮ ਦੀਦਾਰ ਸਿੰਘ। ਆਰਿਆ ਨੇ ਤਾਂ ਬਹੁਤ ਅੱਛੀ ਤਰ੍ਹਾਂ ਲਰਨ ਕੀਤੇ ਹੋਏ। ਵਰਿਆਮ ਸਿੰਘ ਸੰਧੂ ਦੇ ਕਿਸ ਕਹਾਣੀ ਸੰਗ੍ਰਹਿ ਨੂੰ ਅਕਾਦਮੀ ਦਾ ਅਵਾਰਡ ਮਿਲਿਆ? ਪੁਰਸਕ ਚੌਥੀ ਕੂਟ। ਕਿਹੜੀ ਕਹਾਣੀ ਤੁਸੀਂ ਪੜ੍ਹੀ ਹੈ ਵਰਿਆਮ ਸਿੰਘ? ਅੰਗਸੰਗ। ਅੰਗਸੰਗ ਕਹਾਣੀ ਕਿਸਦੀ ਲਿਖੀ ਹੈ? ਅਮਰੀਕ ਦਾ ਪੇਸ਼ਾ ਕੀ ਹੈ? ਹੁਣ ਇਹਦੇ ਇਕਾਂਗੀ ਵਿੱਚ ਮੁੱਖ ਪਾਤਰ ਅਮਰੀਕ ਵੀ ਹੈ, ਕਰਤਾਰ ਵੀ, ਸਰਕਾਰੀ ਮੁਲਾਜ਼ਮ। ਵੈਰੀ ਗੁੱਡ। ਹੁਣ ਤੁਸੀਂ ਇਹਦਾ ਮਤਲਬ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁੱਡ। ਕਰਤਾਰ ਸਿੰਘ ਦੀ ਵੱਡੀ ਕੁੜੀ ਦਾ ਕੀ ਨਾਮ ਸੀ? ਬੰਸੋ। ਹਰਬੰਸ ਕੌਰ ਹੈ, ਉਹਨੂੰ ਬੰਸੋ ਕਹਿ ਕੇ ਬੁਲਾਇਆ ਜਾਂਦਾ ਹੈ। ਸੁਸਾਇਟੀ ਦਾ ਇੰਸਪੈਕਟਰ ਕਰਤਾਰ ਸਿੰਘ ਦੀ ਮੌਤ ਤੋਂ ਕਿੰਨਵੇਂ ਦਿਨ ਪਿੱਛੋਂ ਆਇਆ? 8ਵੇਂ ਦਿਨ ਪਿੱਛੋਂ। ਕਰਤਾਰ ਸਿੰਘ ਸਿਰ ਖਾਦ ਦਾ ਕਿੰਨਾ ਕਰਜ਼ਾ ਸੀ? 1650 ਰੁਪਏ। ਇੰਸਪੈਕਟਰ ਨੇ ਖਾਦ ਦਾ ਕਰਜ਼ਾ ਕਿੰਨੀਆਂ ਕਿਸ਼ਤਾਂ ਵਿੱਚ ਮੋੜਨ ਲਈ ਕਿਹਾ? 2 ਕਿਸ਼ਤਾਂ ਵਿੱਚ। ਇੰਸਪੈਕਟਰ ਨੇ ਖਾਦ ਦੇ ਕਰਜ਼ੇ ਦੀ ਪਹਿਲੀ ਕਿਸ਼ਤ ਮੋੜਨ ਲਈ ਕਿੰਨੇ ਦਿਨ ਆ? ਅਮਰੀਕ ਦੇ ਛੋਟੇ ਭਰਾ ਦਾ ਨਾਮ ਮਹਿੰਦਰ। ਮਹਿੰਦਰ ਤੇ ਤੋਂ ਛੋਟੀ ਕੁੜੀ ਕਿਹੜੀ ਕਲਾਸ 'ਚ ਪੜ੍ਹਦੀ ਹੈ? 7ਵੀਂ ਜਮਾਤ 'ਚ ਪੜ੍ਹਦੀ ਹੈ। ਵੈਰੀ ਗੁੱਡ। ਅਮਰੀਕ ਆਪਣੀ ਮਾਂ ਨੂੰ ਕਿੰਨੀ ਤਨਖਾਹ ਦਿੰਦਾ ਹੈ? ਅੱਧੀ। ਅਮਰੀਕ ਨੂੰ ਆਪਣੇ ਪਿਓ ਤੇ ਕਿਸ ਕਾਰਨ ਚਿੜ ਹੈ? ਕਿਸ ਕਾਰਨ ਚਿੜ ਹੈ? ਉਸ ਦੀਆਂ ਮਾੜੇ ਵੈਲ ਜਿਹੜੇ ਉਹਨੂੰ ਲੱਗੇ ਨੇ, ਸ਼ਰਾਬ, ਅਫੀਮ। ਠੀਕ ਹੈ, ਸ਼ਰਾਬ ਪੀਂਦਾ ਹੈ। ਜਿਹੜਾ ਬਾਹਰੋਂ ਪੈਸਾ ਕੌਣ ਭੇਜਦਾ? ਉਸਦਾ ਪਿਤਾ ਭੇਜ ਦਿੰਦਾ ਤੇ ਉਸ ਪੈਸੇ ਨੂੰ ਫਜ਼ੂਲ ਗਵਾ ਰਿਹਾ ਹੈ ਨਸ਼ਿਆਂ ਦੇ ਵਿੱਚ, ਅਵਾਰਾਗਰਦੀ ਕਰਕੇ। ਅਮਰੀਕ ਕਿੰਨੇ ਸਾਲਾਂ ਤੋਂ ਆਪਣੇ ਪਿਓ ਨਾਲ ਘੁੱਟਿਆ ਘੁੱਟਿਆ ਰਿਹਾ ਸੀ? ਕਿੰਨੇ ਸਾਲੋਂ? ਕਈ ਸਾਲਾਂ ਤੋਂ। ਨੈਕਸਟ, ਮਰਨ ਸਮੇਂ ਕਰਤਾਰ ਸਿੰਘ ਦੀ ਉਮਰ ਕਿੰਨੀ ਸੀ? 45 ਸਾਲ। ਕਿੰਨੀ ਸੀ? 45। ਪੰਜਾਬੀ ਚ ਲਿਖੋਗੇ 45 ਸਾਲ। ਅਮਰੀਕ ਦਾ ਪਿਓ ਉਸਨੂੰ ਪਹਿਲੀ ਜਮਾਤ ਦਾਖਲ ਕਰਾਉਣ ਲਈ ਜਿਸ ਮਾਸਟਰ ਕੋਲ ਲੈ ਕੇ ਗਿਆ ਉਸਦਾ ਕੀ ਨਾਂ ਸੀ? ਮੁਲਕ ਰਾਜ। ਮਾਸਟਰ ਮੁਲਕ ਰਾਜ। ਅਮਰੀਕ ਦਾ ਦਾਦਾ ਕਿੱਥੋਂ ਪੈਸੇ ਭੇਜਦਾ ਸੀ? ਕਰਤਾਰ ਸਿੰਘ ਕਿਸ ਕੱਪੜੇ ਦੀ ਲਿਸ਼ਕ ਦੀ ਕਮੀਜ਼ ਪਾਉਂਦਾ ਸੀ? ਕਿਸ ਕੱਪੜੇ ਦੀ ਲਿਸ਼ਕ ਦੀ ਹੋਈ ਕਮੀਜ਼ ਪਾਉਂਦਾ ਸੀ? ਚੈਪਟਰ ਰੀਡ ਕੀਤਾ? ਬੋਸਕੀ ਦੀ ਲਿਖਿਆ ਹੋਇਆ, ਬੋਸਕੀ ਦੀ, ਬੋਸਕੀ ਦੀ ਸ਼ਾਇਦ। ਦੋ ਘੋੜਾ ਬੋਸਕੀ ਦੀ, ਜਾਂ ਪਾਪਲੀਨ ਦੀ ਹੋਏਗੀ ਜਾਂ ਬੋਸਕੀ ਦੀ। ਠੀਕ ਹੈ, ਇੱਕ ਵਾਰੀ ਚੰਗੀ ਤਰ੍ਹਾਂ ਥੋਰਲੀ ਰੀਡ ਕਰ ਲੈਣਾ। ਪਿਓ ਵੱਲੋਂ ਭੇਜੇ ਪੈਸੇ ਕਰਤਾਰ ਸਿੰਘ ਕਿਵੇਂ ਉਡਾ ਦਿੰਦਾ ਸੀ? ਗੁਲਛਰਿਆਂ ਦੇ ਵਿੱਚ। ਠੀਕ ਹੈ, ਗੁਲਛਰਿਆਂ 'ਚ ਕਿਹੜੇ ਕਿਹੜੇ ਉਹਨੇ ਸ਼ੌਂਕ ਪਾਲੇ ਹੋਏ ਸਨ? ਸ਼ਿਕਾਰ ਖੇਡਣਾ। ਠੀਕ ਹੈ, ਸ਼ੌਂਕ ਵੀ ਪਾਲੇ ਹੋਏ ਸਨ। ਕਰਤਾਰ ਸਿੰਘ ਨੂੰ ਢਾਣੀਆਂ ਵਿੱਚ ਫਿਰਨ ਤੋਂ ਕੌਣ ਵਰਜਦਾ ਸੀ? ਕਰਤਾਰ ਸਿੰਘ ਨੂੰ ਢਾਣੀ, ਪਿਓ ਤਾਂ ਪੈਸੇ ਭੇਜੇ ਦਿੰਦਾ, ਉਹਨੂੰ ਤਾਂ ਪਤਾ ਨੀ। ਇੱਕ ਅਮਰੀਕ ਰੋਕਦਾ ਤੇ ਕਰਤਾਰ ਦੀ ਮਾਂ ਰੋਕ, ਦਾਦੀ ਵੀ ਰੋਕਦੀ ਹੈ। ਅਮਰੀਕ ਦੀ ਦਾਦੀ ਵੀ ਰੋਕਦੀ ਹੈ ਤੇ ਅਮਰੀਕ ਦੀ ਮਾਂ ਦਾ ਤਾਂ, ਅਮਰੀਕ ਦੀ ਮਾਂ ਦਾ ਤਾਂ ਉਹ ਸੁਣਦਾ ਹੀ ਨੀ ਨਾ। ਕਰਤਾਰ ਦੀ, ਕਰਤਾਰ ਦੀ ਮਾਂ ਰੋਕਦੀ ਹੈ ਉਸਨੂੰ। ਉਹ ਅਮਰੀਕ ਦੀ ਕੀ ਲੱਗੀ? ਅਮਰੀਕ ਦਾ ਦਾਦਾ ਸਿੰਗਾਪੁਰ ਤੋਂ ਕਿੰਨੇ ਸਾਲਾਂ ਬਾਅਦ ਆਉਂਦਾ ਸੀ? 2-4 ਸਾਲ ਬਾਅਦ। 2-4 ਸਾਲ ਬਾਅਦ ਆਉਂਦਾ ਸੀ ਗੇੜਾ ਲਾਉਣ। ਛੁੱਟੀ ਕੱਟ ਕੇ ਜਾਣ ਤੋਂ ਕਿੰਨੇ ਮਹੀਨੇ ਬਾਅਦ ਕਰਤਾਰ ਸਿੰਘ ਦੇ ਪਿਓ ਦੀ ਮੌਤ ਹੋ ਗਈ? ਛੁੱਟੀ ਕੱਟ ਕੇ ਜਾਣ ਤੋਂ ਬਾਅਦ, ਇਹ ਦੇਖ ਲਓ ਆਂਸਰ, ਛੁੱਟੀ ਕੱਟ ਕੇ ਜਾਣ ਤੋਂ ਬਾਅਦ ਤੀਸਰੇ ਚੌਥੇ ਮਹੀਨੇ। ਅਮਰੀਕ ਦਾ ਪਿਓ ਤੇ ਅਮਰੀਕ ਦਾ ਮਾਮਾ ਕਿੱਧਰੋਂ ਬਲਦਾਂ ਦੀਆਂ ਵਧੀਆ ਜੋੜੀਆਂ ਖਰੀਦ ਕੇ ਲਿਆਏ ਸਨ? ਕਿੱਧਰੋਂ ਬਲਦਾਂ ਦੀਆਂ ਜੋੜੀਆਂ ਖਰੀਦ ਕੇ ਲਿਆਏ? ਬੀਕਾਨੇਰ ਤੋਂ। ਬੀਕਾਨੇਰ ਤੋਂ, ਦੇਖੋ ਬੁੱਕ ਵਿੱਚ ਜੈਪੁਰ ਹੈ ਜਾਂ ਬੀਕਾਨੇਰ ਤੋਂ ਹੈ। ਜਗੀਰ ਕੌਰ ਕੌਣ ਹੈ?
ਅਮਰੀਕ ਦੀ ਮਾਂ ਤੇ ਕਰਤਾਰ ਦੀ ਪਤਨੀ ਉਸਨੇ ਕਿੱਥੇ ਡੁੱਬ ਕੇ ਮਰਨ ਦੀ ਧਮਕੀ ਹਰੀਕੇ ਪਤਨ ਵੀ ਦਰਿਆ ਦਾ ਨਾਮ ਹੈ। ਕਰਤਾਰ ਸਿੰਘ ਨੇ ਆਪਣੀ ਪਤਨੀ ਜਗੀਰ ਕੌਰ ਨੂੰ ਕਿਸ ਨਾਲ ਕੁੱਟਿਆ ਸੀ? ਥਾਪੀ ਨਾਲ। ਕਿਉਂ? ਉਸਨੇ ਗਹਿਣੇ ਦੇਣ ਤੋਂ ਮਨਾ ਕਰ ਦਿੱਤਾ ਸੀ, ਵਾਲੀਆਂ ਮੰਗੀਆਂ ਸਨ ਉਸਨੇ। ਕਹਿੰਦਾ ਅੱਗੇ ਕਿਹੜਾ ਕੁਛ ਛੱਡਿਆ ਤੂੰ, ਜਿਹੜਾ ਮੈਂ ਇਹ ਦੇਖ ਕੇ ਵੀ ਤਾਂ ਬਿਲਕੁਲ ਹੀ, ਇਹ ਵੀ ਤਾਂ ਤੂੰ ਕਿੱਥੇ ਜਾਣੀ ਹੈ, ਇਹ ਵੀ ਤਾਂ ਸ਼ਰਾਬ ਨਸ਼ੇ ਵਿੱਚ ਹੀ ਜਾਣੀਆਂ ਹਨ। ਪਰ ਉਹਨੇ ਮੰਗੀਆਂ ਕਿਉਂ ਸਨ? ਕਿਉਂਕਿ ਅਸੀਂ ਭੈਣ ਦੀਆਂ ਕੁੜੀਆਂ ਦੇ ਵਿਆਹ ਸਨ। ਹੁਣ ਆਪਾਂ ਗੱਲ ਕਰੀਏ 2 ਮਾਰਕਸ ਕੁਸ਼ਚਨ ਜਿਹੜੇ ਮੇਨ ਆਉਣੇ ਹਨ, ਧਿਆਨ ਨਾਲ ਦੇਖਿਓ। ਅੰਗ ਸੰਗ ਕਹਾਣੀ ਦਾ ਵਿਸ਼ਾ ਕਿਸ ਨਾਲ ਸੰਬੰਧਿਤ ਹੈ? ਇੱਕ ਕਿਸਾਨੀ ਪਰਿਵਾਰ ਨਾਲ, ਜੋ ਕਿ ਮੱਧ ਸ਼੍ਰੇਣੀ ਨਾਲ ਸੰਬੰਧਿਤ ਕਿਸਾਨੀ ਪਰਿਵਾਰ ਹੈ। ਕਿਹੋ ਜਿਹਾ ਪਰਿਵਾਰ? ਤੰਗੀਆਂ, ਮਜਬੂਰੀਆਂ, ਪਰੇਸ਼ਾਨੀਆਂ ਵਿੱਚ ਘਿਰਿਆ ਹੋਇਆ। ਕਿਉਂ ਤੰਗੀਆਂ, ਮਜਬੂਰੀਆਂ, ਪਰੇਸ਼ਾਨੀਆਂ ਚ ਘਿਰਿਆ ਹੋਇਆ? ਕਿਉਂਕਿ ਘਰ ਦਾ ਮੁਖੀ ਕਰਤਾਰ ਹੀ ਭੈੜੀਆਂ ਵਾਦੀਆਂ ਦਾ ਸ਼ਿਕਾਰ ਹੈ। ਭੈੜੀਆਂ ਵਾਦੀਆਂ ਦਾ ਸ਼ਿਕਾਰ ਹੋਣ ਕਰਕੇ ਘਰ ਦੀ ਹਾਲਤ ਬੜੀ ਮੰਦਹਾਲੀ ਹੈ, ਆਰਥਿਕ ਵਿਵਸਥਾ ਬੜੀ ਕਮਜ਼ੋਰ ਹੋਈ ਹੈ। ਕਰਤਾਰ ਸਿੰਘ ਦੀ ਕਹਾਣੀ ਦੇ ਸ਼ੁਰੂ ਵਿੱਚ ਹੀ ਕਰਤਾਰ ਸਿੰਘ ਦੀ ਮੌਤ ਨੂੰ ਦਿਖਾ ਕੇ ਦੱਸਿਆ ਗਿਆ ਕਿ ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਵੀ ਉਹ ਉਲਝਣਾਂ ਖੁੱਲਦੀਆਂ ਨੇ ਕਿ ਜਿਸ ਕਾਰਨ ਘਰ ਦੀ ਹਾਲਤ ਹੋਰ ਨਿਗਰਦੀ ਪ੍ਰਤੀਤ ਹੁੰਦੀ ਹੈ, ਕਿ ਘਰ ਹੈ ਜਿਹੜਾ, ਘਰ ਦੇ ਵਿੱਚ ਪਰਿਵਾਰ ਦੇ ਜੀ ਹੋਰ ਪਰੇਸ਼ਾਨੀਆਂ ਵਿੱਚ ਘਿਰੇ ਹੋਏ ਨੇ। ਕਿ ਜੇ ਉਹ ਅੰਗ ਸੰਗ ਸੀ ਤਾਂ ਵੀ ਪਰੇਸ਼ਾਨੀਆਂ, ਜੇ ਹੁਣ ਅੰਗ ਸੰਗ ਨਹੀਂ ਹੈ ਤਾਂ ਵੀ ਪਰੇਸ਼ਾਨੀ ਹੈ, ਕਿ ਇਹਨਾਂ ਉਲਝਣਾਂ ਨੂੰ ਕਿਵੇਂ ਹੱਲ ਕੀਤਾ ਜਾਏ। ਇਹ ਸਮੱਸਿਆ ਨੂੰ ਲਿਆ ਹੈ, ਠੀਕ ਹੈ, ਇੱਕ ਮੱਧ ਸ਼੍ਰੇਣੀ ਦੇ ਕਿਸਾਨੀ ਪਰਿਵਾਰ ਦਾ ਵਿਸ਼ਾ ਲਿਆ ਹੈ, ਜੋ ਕਿ ਆਰਥਿਕ ਤੰਗੀਆਂ, ਮਜਬੂਰੀਆਂ, ਪਰੇਸ਼ਾਨੀਆਂ ਦੇ ਵਿੱਚ ਘਿਰਿਆ ਹੋਇਆ ਪਰਿਵਾਰ ਹੈ। ਕਿਉਂਕਿ ਕਹਾਣੀਕਾਰ ਨੇ ਇਸ ਕਹਾਣੀ ਦੇ ਮੁੱਖ ਪਾਤਰ ਕਰਤਾਰ ਸਿੰਘ ਨੂੰ ਦੀ ਮੌਤ ਦਾ ਕਾਰਨ ਵੀ ਭੈੜੀਆਂ ਵਾਦੀਆਂ ਨੂੰ ਦਿਖਾਇਆ ਗਿਆ, ਤੇ ਉਸ ਕਰਤਾਰ ਸਿੰਘ ਦੀ ਮੌਤ ਦੇ ਕਾਰਨ ਪਰਿਵਾਰ ਦੇ ਵਿੱਚ ਕਿਹੜੀਆਂ ਪਰੇਸ਼ਾਨੀਆਂ ਤੇ ਉਲਝਣਾਂ ਪੈਦਾ ਹੋਈਆਂ ਤੇ ਉਹਨਾਂ ਨੂੰ ਕਿਵੇਂ ਹੱਲ ਕੀਤਾ ਜਾਣਾ, ਉਸ ਨੂੰ ਸਫਲਤਾਪੂਰਵਕ ਪੇਸ਼ ਕੀਤਾ ਹੈ, ਠੀਕ ਹੈ। ਇਹ ਵਿਸ਼ਾ ਲਿਆ, 3 ਲਾਈਨਾਂ ਤੋਂ ਵੱਧ ਆਂਸਰ ਨਹੀਂ ਦੇਣਾ ਕਹਾਣੀ। ਨੈਕਸਟ ਕੁਸ਼ਚਨ, ਕਰਤਾਰ ਸਿੰਘ ਕੌਣ ਸੀ ਉਸ ਬਾਰੇ ਜਾਣਕਾਰੀ ਦਿਓ। ਕਰਤਾਰ ਸਿੰਘ ਅੰਗਸੰਗ ਕਹਾਣੀ ਦਾ ਮੁੱਖ ਪਾਤਰ, ਜੋ ਕਿ ਇੱਕ ਛੋਟਾ ਕਿਸਾਨ ਹੈ, ਭੈੜੀਆਂ ਵਾਦੀਆਂ ਦਾ ਸ਼ਿਕਾਰ ਹੈ, ਨਸ਼ੇ ਕਰਨ ਦਾ ਆਦੀ ਹੋਇਆ ਹੋਇਆ। ਉਹ ਸ਼ਰਾਬ, ਅਫੀਮ, ਸਿਗਰਟ, ਠੀਕ ਹੈ, ਹੋਰ ਵੀ ਬਹੁਤ ਸਾਰੀਆਂ ਅਲਾਮਤਾਂ ਦਾ ਸ਼ਿਕਾਰ ਹੈ, ਤੇ ਉਹ ਆਪਣੇ ਪਿਤਾ ਦੇ ਵੱਲੋਂ ਸਿੰਗਾਪੁਰ ਤੋਂ ਭੇਜੇ ਪੈਸਿਆਂ ਦੇ ਨਾਲ ਗੁਲਛਰੇ ਉਡਾਉਂਦਾ ਹੈ। ਠੀਕ ਹੈ, ਔਰ ਉਸਦੀ ਮੌਤ ਤੋਂ ਬਾਅਦ ਵੀ ਭਾਵੇਂ ਉਸਨੂੰ ਕਰਤਾਰ ਸਿੰਘ ਦੇ ਬਾਰੇ ਆਪਾਂ ਕਹਿੰਦੇ, ਕਰਤਾਰ ਸਿੰਘ ਦਾ ਜਦੋਂ ਪਿਤਾ ਉੱਥੇ ਚੱਲ ਵੀ ਵਸਿਆ ਨਾ, ਪੈਸੇ ਆਉਣੇ ਬੰਦ ਵੀ ਹੋ ਗਏ, ਤਾਂ ਉਸ ਤੋਂ ਬਾਅਦ ਉਹਨੂੰ ਪਤਾ ਹੈ ਘਰ ਦੇ ਵਿੱਚ ਆਰਥਿਕ ਤੰਗੀ ਦਾ ਭਾਵੇਂ ਉਹ ਸਾਹਮਣਾ ਕਰਦਾ ਹੈ, ਪਰ ਨਸ਼ਿਆਂ ਦੀ ਵਧੇਰੇ ਵਰਤੋਂ ਦੇ ਕਰਕੇ ਉਹ ਛੋਟੀ ਉਮਰ ਵਿੱਚ ਹੀ 45 ਸਾਲ ਦੀ ਉਮਰ ਵਿੱਚ ਹੀ ਇਸ ਦੁਨੀਆਂ ਚੋਂ ਚੱਲ ਵਸਦਾ, ਠੀਕ ਹੈ। ਭਾਵੇਂ ਉਹਨੂੰ ਵੀ ਆਰਥਿਕ ਤੰਗੀ ਆਈ, ਉਹਨੂੰ ਪਤਾ ਕਿ ਮੇਰੀ ਜ਼ਿੰਮੇਵਾਰੀ ਹੈ, ਕਿਉਂਕਿ ਜਦੋਂ ਸਿੰਗਾਪੁਰ ਤੋਂ ਪੈਸੇ ਆਣੇ ਬੰਦ ਹੋ ਗਏ, ਫਿਰ ਉਹਨੇ ਪਹਿਲੀ ਵਾਹਣੀ ਵੀ ਸ਼ੁਰੂ ਕਰ ਦਿੱਤੀ ਕਿ ਹੁਣ ਤਾਂ ਕੰਮ ਕਰਨਾ ਹੀ ਪੈਣਾ, ਪਰ ਉਹ ਆਦਤਾਂ ਨਹੀਂ ਛੱਡੀਆਂ, ਠੀਕ ਹੈ। ਨੈਕਸਟ, ਅਮਰੀਕ ਨੂੰ ਆਪਣੇ ਪਿਓ ਦੇ ਬਿਮਾਰ ਹੋਣ ਦੀ ਜਾਣਕਾਰੀ ਕਿਵੇਂ ਮਿਲੀ, ਕਿੰਨੇ ਦੱਸਿਆ? ਯੈਸ, ਇਸ ਕਹਾਣੀ ਦੇ ਵਿੱਚ ਅਮਰੀਕ ਦਾ ਪਿਤਾ ਜਦੋਂ ਬਿਮਾਰ ਹੋ ਗਿਆ, ਤੇ ਅਮਰੀਕ ਜੋ ਕਿ ਇੱਕ ਸਰਕਾਰੀ ਮੁਲਾਜ਼ਮ ਹੈ, ਉਸਦਾ ਛੋਟਾ ਭਰਾ ਮਹਿੰਦਰ ਉਸਨੂੰ ਲੈਣ ਲਈ ਗਿਆ ਸੀ, ਤੇ ਉਸ ਤੋਂ ਜਾਣਕਾਰੀ ਮਿਲੀ ਕਿ ਸਵੇਰੇ ਉਹ ਬੇਹੋਸ਼ ਪਿਆ ਸੀ। ਪਿੰਡ ਦੇ ਡਾਕਟਰ ਨੇ ਜਵਾਬ ਦੇ ਦਿੱਤਾ, ਜਿਸ ਕਰਕੇ ਉਸਨੂੰ ਸ਼ਹਿਰ ਲੈ ਕੇ ਜਾਣਾ ਪਿਆ, ਪਰ ਸ਼ਹਿਰੋਂ ਉਹਨਾਂ ਉਸ ਤੋਂ ਉਸਦੀ ਦੂਜੇ ਦਿਨ ਸ਼ਾਮ ਨੂੰ ਉਸਨੂੰ ਪਿੰਡ ਲਿਆਂਦਾ ਗਿਆ, ਮਰੇ ਹੋਏ ਨੂੰ ਪਿੰਡ ਲਿਆਂਦਾ ਗਿਆ, ਠੀਕ ਹੈ। ਇਹ ਕਿੰਨੇ ਦਿੱਤੀ ਜਾਣਕਾਰੀ? ਮਹਿੰਦਰ, ਵੈਰੀ ਗੁੱਡ, ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਲੈਸਨ ਪੜ੍ਹੇ ਆ, ਥੋਰੋਲੀ ਰੀਡ ਕੀਤੇ ਆ। ਨੈਕਸਟ,
ਪਿੰਡ ਦੇ ਡਾਕਟਰ ਦੇ ਜਵਾਬ ਦੇਣ ਤੇ ਕਰਤਾਰ ਸਿੰਘ ਕਿੱਥੇ ਲਿਜਾਇਆ ਗਿਆ ਉਹ ਤਾਂ ਆਪਾਂ ਹੁਣ ਆਲਰੇਡੀ ਡਿਸਕਸ ਕੀਤਾ ਹੈ। ਕੁਐਸਚਨ ਨੋਟ ਕਰ ਲਓ ਇੱਕ ਵਾਰੀ, ਟੈਕਸੀ ਕਰਕੇ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ ਪਰ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਿਆ। ਦੂਜੇ ਦਿਨ ਉਸ ਮਰੇ ਹੋਏ ਦੀ ਲਾਸ਼ ਨੂੰ ਹੀ ਪਿੰਡ ਵਿੱਚ ਲਿਆਂਦਾ ਗਿਆ। ਇੱਕ ਹੈ ਦੋ ਜਾਂ ਤਿੰਨ ਲਾਈਨਾਂ ਚ ਆਂਸਰ। ਕਰਤਾਰ ਸਿੰਘ ਦੀ ਮੌਤ ਤੇ ਅਫਸੋਸ ਕਰਨ ਆਏ ਲੋਕ ਅਮਰੀਕ ਸਿੰਘ ਨੂੰ ਕੀ ਹੌਸਲਾ ਦਿੰਦੇ ਹੋਏ ਆਖਦੇ ਹਨ? ਜਦੋਂ ਕਰਤਾਰ ਸਿੰਘ ਦੀ ਮੌਤ ਹੋ ਗਈ। ਹਾਂਜੀ ਵਿਵਾਨ ਬੋਲੇਗਾ, ਵੈਰੀ ਗੁੱਡ। ਵਿਵਾਨ ਨੇ ਸਾਰੇ ਕੁਐਸਚਨ ਦੇ ਆਂਸਰ ਬਹੁਤ ਅੱਛੀ ਤਰ੍ਹਾਂ ਕੀਤੇ ਹੈ। ਯੈਸ ਬੇਟੇ, ਯੈਸ ਕਰਤਾਰ ਸਿੰਘ ਦੀ ਜਦੋਂ ਕਰਤਾਰ ਸਿੰਘ ਦੇ ਮਰਨ ਤੇ ਅਫਸੋਸ ਕਰਨ ਲਈ ਪਿੰਡ ਦੇ ਲੋਕ ਆਏ। ਪਿੰਡ ਦੇ ਲੋਕਾਂ ਨੇ ਕਰਤਾਰ ਸਿੰਘ ਦੇ ਵੱਡੇ ਪੁੱਤਰ ਅਮਰੀਕ ਸਿੰਘ ਨੂੰ ਹੌਸਲਾ ਦਿੰਦੇ ਹੋਏ ਆਖਿਆ ਕਿ ਇਹ ਤਾਂ ਇੱਕ ਦਿਨ ਹੋਣਾ ਹੀ ਸੀ, ਕਿਉਂਕਿ ਇਹ ਆਪ ਆਪਣੀਆਂ ਭੈੜੀਆਂ ਵਾਦੀਆਂ ਦੇ ਕਰਕੇ ਉਸਨੇ ਇੱਥੋਂ ਚਲੇ ਹੀ ਜਾਣਾ ਸੀ, ਕਿਉਂਕਿ ਉਸਦੀ ਉਮਰ ਤਾਂ ਨਹੀਂ ਸੀ ਜਾਣ ਵਾਲੀ, ਪਰ ਉਹ ਅਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋ ਗਿਆ ਜਿਸ ਕਰਕੇ ਉਸਨੂੰ ਇੱਥੋਂ ਜਾਣਾ ਪਿਆ। ਦੁਨੀਆਂ ਤਾਂ ਚੱਲਦੀ, ਦੁਨੀਆਂ ਤੋਂ ਤਾਂ ਹਰ ਇੱਕ ਨੇ ਚਲੇ ਜਾਣਾ, ਪਰ ਆਪ ਆਪਣੇ ਹੱਥੀ ਉਹਨੇ ਮੌਤ ਸਹੇੜੀ ਹੈ। ਇਸ ਕਰਕੇ ਹੁਣ ਤੈਨੂੰ ਹੌਸਲਾ ਕਰਕੇ ਪੂਰੇ ਘਰ ਦੀ ਜ਼ਿੰਮੇਵਾਰੀ ਤੇਰੇ ਸਿੱਤੇ ਹੈ, ਤੂੰ ਸਾਰੇ ਘਰ ਦੀ ਜ਼ਿੰਮੇਵਾਰੀ ਤੂੰ ਸੰਭਾਲਣੀ ਹੈ, ਤੈਨੂੰ ਹੌਸਲਾ ਕਰਨਾ ਪੈਣਾ। ਠੀਕ ਹੈ, ਜਿਵੇਂ ਪਿੰਡ ਦੇ ਲੋਕ ਆ ਕੇ ਹੌਸਲਾ ਦਿੰਦੇ ਹੈ ਕਿ ਪੁੱਤਰ ਹੌਸਲਾ ਕਰ, ਹੁਣ ਕੋਈ ਇੱਥੇ ਰੱਬ ਅੱਗੇ ਕੋਈ ਜ਼ੋਰ ਨਹੀਂ ਚੱਲਣਾ। ਮਹਿੰਦਰ ਸਿੰਘ ਦਾ ਧਿਆਨ ਖੇਤੀ ਦੀ ਥਾਂ ਕਿਸ ਪਾਸੇ ਵੱਲ ਸੀ, ਕਿੱਥੇ? ਮਹਿੰਦਰ ਸਿੰਘ ਜੋ ਕਿ ਇਸ ਕਹਾਣੀ ਦੇ ਵਿੱਚ ਅਮਰੀਕ ਦਾ ਛੋਟਾ ਭਰਾ ਹੈ, ਕਰਤਾਰ ਸਿੰਘ ਦਾ ਛੋਟਾ ਪੁੱਤਰ ਹੈ, ਉਹ ਖੇਤੀ ਦੇ ਕੰਮ ਵੱਲ ਬਿਲਕੁਲ ਧਿਆਨ ਨਹੀਂ ਦਿੰਦਾ। ਉਹ ਭਾਵੇਂ ਪਸ਼ੂ ਧੁੱਪੇ ਸੜਦੇ ਰਹਿਣ, ਭਾਵੇਂ ਪਹਿਲੀ ਸੜੀ ਜਾਏ, ਕੋਈ ਧਿਆਨ ਨਹੀਂ। ਉਹ ਤਾਂ ਕਿੱਥੇ ਜਾਂਦਾ? ਹਜ਼ਾਰੀ ਟੁੰਡੇ ਦੇ ਕੋਠੇ ਤੇ ਚੜ ਕੇ ਕਿਹਨਾਂ ਨੂੰ ਦੇਖਦਾ? ਉੜਦੇ ਕਬੂਤਰਾਂ ਨੂੰ ਦੇਖ ਕੇ ਹੀ ਮਜ਼ੇ ਕਰਦਾ ਹੈ, ਬਹੁਤ ਹੀ ਲਾਪਰਵਾਹ। ਕੀ ਦੇਖਦਾ? ਹਜ਼ਾਰੀ ਟੁੰਡੇ ਦੇ ਕੋਠੇ ਤੇ ਜਾ ਕੇ ਉੜਦੇ ਕਬੂਤਰਾਂ ਨੂੰ ਦੇਖੀ, ਨਜ਼ਰਾਂ ਉੱਥੇ ਹੀ ਲਗਾਈ ਰੱਖਦਾ ਹੈ, ਇਹੀ ਉਹਦਾ ਕੰਮ ਹੈ। ਮੇਨ ਕੌਣ? ਛੋਟਾ ਭਰਾ ਮਹਿੰਦਰ। ਨੈਕਸਟ, ਅਮਰੀਕ ਨੂੰ ਕਿਸ ਤਰ੍ਹਾਂ ਦੇ ਪਿਓ ਪੁੱਤਾਂ ਦਾ ਖਿਆਲ ਆਇਆ ਸੀ? ਉਹਨੂੰ ਕਿੱਦਾਂ ਦਾ ਬਚਪਨ ਦੀ ਉਹ ਤਸਵੀਰ ਯਾਦ ਕਰਦਾ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਕਿ ਮੈਂ ਤਾਂ ਆਪਣੇ ਪਿਤਾ ਦੀ ਜਿਹੀ ਤਸਵੀਰ ਮਨ ਵਿੱਚ ਸੋਚੀ ਸੀ? ਯੈਸ, ਅਮਰੀਕ ਸਿੰਘ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਸੋਚਦਾ ਹੈ ਕਿ ਮੈਂ ਤਾਂ ਬਚਪਨ ਵਿੱਚ ਸੋਚਿਆ ਸੀ ਕਿ ਮੇਰਾ ਪਿਤਾ ਇੱਕ ਬੜਾ ਹੀ ਸਮਝਦਾਰ ਸਿਆਣਾ ਪਿਤਾ ਹੋਏਗਾ, ਜੋ ਕਿ ਆਪਸ ਵਿੱਚ ਦੋਸਤਾਂ ਵਾਂਗ ਹੱਸੇ ਖੇਡੇ ਪਿਆਰ ਕਰੇ ਗੱਲਾਂ ਕਰਦੇ ਹੋਣ। ਪਰ ਅਜਿਹਾ ਨਹੀਂ ਸੀ, ਉਸਦਾ ਪਿਤਾ ਅਜਿਹਾ ਨਹੀਂ ਸੀ ਕਰ ਸਕਿਆ। ਇਸ ਗੱਲ ਦਾ ਅਮਰੀਕ ਨੂੰ ਬੜਾ ਦੁੱਖ ਹੈ ਜੋ ਉਹਨੇ ਸੋਚਿਆ ਸੀ। ਅਮਰੀਕ ਨੂੰ ਆਪਣਾ ਆਪ ਵੀ ਤੇ ਪਿਓ ਦੀ ਮੌਤ ਦਾ ਇੱਕ ਕਾਰਨ ਕਿਉਂ ਲੱਗਾ? ਕਿਉਂਕਿ ਅਮਰੀਕ ਨੂੰ ਉਹਨੇ ਦੇਖਿਆ ਜਦੋਂ ਘਰ ਵਿੱਚ ਰਿਹਾ ਕਿ ਉਸਦੀ ਮਾਂ ਬੜੀ ਦੁਖੀ ਹੈ, ਉਸੇ ਮਾਂ ਦੇ ਦੁਖੀ ਹੋਣ ਦਾ ਕਾਰਨ ਉਸੇ ਪਿਓ ਦੀਆਂ ਭੈੜੀਆਂ ਆਦਤਾਂ। ਠੀਕ ਹੈ, ਪਰ ਉਹ ਕਰ ਕੁਛ ਨਾ ਸਕਿਆ। ਉਹ ਅੰਦਰੋਂ ਅੰਦਰੀ ਇਸ ਦੁੱਖ ਨੂੰ ਸੋਚਦਾ ਹੋਇਆ ਆਪਣੇ ਪਿਓ ਤੋਂ ਦੂਰ ਹੁੰਦਾ ਚਲਾ ਗਿਆ, ਅਤੇ ਉਸਨੂੰ ਉਹਨੇ ਪਿਆਰ ਨਾਲ, ਜੇ ਉਹ ਹੁੰਦਾ ਇੱਥੇ, ਜੇਕਰ ਉਹ ਇੱਥੇ ਹੁੰਦਾ, ਉਹ ਆਪਣੇ ਪਿਓ ਨੂੰ ਪਿਆਰ ਨਾਲ ਸਮਝਾਉਂਦਾ ਤਾਂ ਹੋ ਸਕਦਾ ਸੀ ਕਿ ਉਹ ਨਸ਼ੇ ਛੱਡ ਦਿੰਦਾ ਤੇ ਇਹ ਨੌਬਤ ਨਾ ਆਉਂਦੀ ਕਿ ਉਸਦੀ ਜਿਹੜੀ ਜ਼ਿੰਦਗੀ ਹੈ ਸਮੇਂ ਤੋਂ ਪਹਿਲਾਂ ਹੀ ਮੌਤ ਦੇ ਹਵਾਲੇ ਹੋ ਗਈ ਹੈ ਸਿਰਫ ਇੱਕ ਨਸ਼ਿਆਂ ਕਾਰਨ। ਉਹ ਆਪਣੇ ਆਪ ਨੂੰ ਇਸ ਕਰਕੇ ਗੁਨਾਹਗਾਰ ਸਮਝਦਾ ਹੈ ਕਿ ਜੇਕਰ ਉਹ ਇੱਥੇ ਹੁੰਦਾ ਤਾਂ ਉਹ ਆਪਣੇ ਪਿਤਾ ਨੂੰ ਜੇ ਪਿਆਰ ਨਾਲ ਸਮਝਾਉਂਦਾ ਤਾਂ ਉਹ ਨਸ਼ੇ ਛੱਡ ਵੀ ਸਕਦਾ ਸੀ। ਇਸ ਕਰਕੇ ਮੌਤ ਦਾ ਕਾਰਨ ਉਹ ਆਪਣੇ ਆਪ ਨੂੰ ਵੀ ਕਿਤਨਾ ਕਿਤੇ ਸਮਝਦਾ ਹੈ। ਅਮਰੀਕ ਦੀ ਦਾਦੀ ਅਨੁਸਾਰ ਅਮਰੀਕ ਦੀ ਮਾਂ ਨੇ ਕਰਤਾਰ ਨੂੰ ਕਿਵੇਂ ਵਿਗਾੜਿਆ ਸੀ? ਯੈਸ, ਅਮਰੀਕ ਦੀ ਦਾਦੀ ਅਨੁਸਾਰ ਅਮਰੀਕ ਦੀ ਮਾਂ ਨੇ ਉਸਨੂੰ ਕਿਵੇਂ ਵਿਗਾੜਿਆ ਸੀ? ਯੈਸ, ਹਾਂ, ਉਸਦੀ ਚੰਗੀ ਸੇਵਾ ਕਰਕੇ। ਜਦੋਂ ਵੀ ਘਰ ਆਉਂਦਾ ਉਸਨੂੰ ਗਰਮ ਗਰਮ ਪ੍ਰਸ਼ਾਦੇ ਖਵਾਏ ਜਾਂਦੇ, ਉਸਨੂੰ ਕਹਿੰਦੀ ਕਰਤਾਰ ਜਦ ਵੀ ਆਵੇ ਉਹ ਠੰਡਾ ਖਾਣਾ ਉੱਥੇ ਮੱਥੇ ਮਾਰਿਆ ਕਰੇ, ਕਿਉਂਕਿ ਤਾਂ ਜੋ ਉਹਨੂੰ ਸਬਕ ਮਿਲੇ ਕਿ ਮੇਰੀ ਘਰ ਵਿੱਚ ਇਸ ਕਰਕੇ ਬੇਕਦਰੀ ਹੈ ਕਿਉਂਕਿ
मैं घरद्या की कोई खबरसार नहीं है, घरद्या की कोई जिम्मेवारी नहीं मैं निभा रहा, पर अजिहा नहीं सी होया। इस करके अमरीक की दादी कितना कहते किनू दोषी ठहराती है, अमरीक की पत्नी नू, ते अमरीक की वो कौन है मां, कौन है वो जगीर कौर। करतार सिंह ने अपनी पत्नी जगीर कौर नू क्यों कुटिया सी? करतार सिंह जो के रज के शराब पींदा सी, जगीर कौर ने उसनू बड़ी बारी शराब पीन तो रोकिया बिना सोचे समझे ही। जदों उसने उस तो गहने मंगे, उसने देन तो इनकार कीती, तां उन्हें सोचे समझे बिना ही उसनू थापी ना कुटना शुरू कर दिता। क्यों? क्योंकि अमरीक दी भूआ दीआं कुड़ियां दे व्याह सन, उसले उहदे कोल पैसा है नहीं, पैसा उन्हें सारा नशियां विच गवा दिता। हुण पहली गहने रखनी पैनी है, जिहड़ी 2 किले पहली रह गई वह भी नहीं बचनी। फिर उन्हें उही 2 किले पहली कुड़ियां दे व्याह करन लई गहने रखे। किहड़ियां कुड़ियां दे? अपनी भैन दीआं कुड़ियां दे। किसने? करतार ने। जगीर कौर ने हरी के दरिया विच डुब के मरन बारे क्यों सोचिया? जगीर कौर ने क्यों सोचिया? क्योंकि जगीर कौर का पति करतार सिंह जो कि रज के शराब पींदा है, वह उसके शराब पीन तो नशे करन तो बहुत परेशान हो चुकी है। एक रात जो जगीर कौर नू उसने गहने ना देन ते थापी नाल कुटना शुरू कर दिता, जिस करके उसने सोच लिया कि उसने हरी के दरिया जाके अपनी जान दे देनी है। डन बेटे, ये चैप्टर कर लोगे? बोलो। हुण आपां करिए जज्जा ते झज्जा भाग मुहावरे। जज्जा भाग मुहावरे आपां ऑलरेडी कर चुके हैं, जिहदे विच है जान मारनी, जान मारनी। बोलो बच्चे, जान मारनी, सख्त मेहनत करनी। पंजाब दे किसान जान मार के मेहनत करदे ने। जान सुकनी, यस बेटे, जान सुकनी, जान सुकनी, सहम जाना, डर जाना, ठीक है। जिस दिन बच्चों का नतीजा आना हो उन्हें जान सुखी होंगी, साइंस के पेपर वाले दिन बच्चों की जान सुख जाती। जबानी जमा खर्च करना, फोकियां शेखियां मारनियां, जबानी जमा खर्च करना, जबानी जमा खर्च करना जिंदगी नहीं बनती, मेहनत करनी पैंदी है। नेक्स्ट, जबान खुलनी, बदतमीज होना, ठीक है, उसकी तो ज्यादा ही जबान खुल गई है, छोटे वड्डे का लिहाज ही नहीं करता। जखना पुटनी, बर्बाद कर देना। उसने नवा स्कूटर लैके दिता सी, 1 साल दे विच ही उन्हें जखना पुट के रख दिती। जामे विच फुले ना समाउणा, बहुत खुश होना, ठीक है, बहुत खुश होना। भरा दा विआह सी, सारे ही घर दे जी जामे विच फुले नहीं सी समा रहे। जान ते खेडना, कुर्बानी देनी। देश भगतां ने जान ते खेड के देश की जान बचाई, देश की रक्षा की। बलजीत ने जान ते खेड के डुबदे बच्चे नू बचाया, ठीक है। ये जान तली ते धरना भी है, जान तली ते धर के। नैक्सट, जी खट्टा होना, प्यार ना रहना, नफरत हो जानी, माड़ियां करतूतां करके उस अपने भरा वालों जी खट्टा हो गया, ठीक है। नैक्सट, जुत्ती की नौकरा काम करवाना, सख्ती। उन्होंने घर में दादा जी का इन्ना रोब है ना, सारे तो जुत्ती की नोक से काम करवाते, ठीक है। वो पिंड का प्रधान की बनया, जुत्ती की नोक से सब तो काम करवा। जुत्तियां प्यो प्यो मारनिया, शर्मिंदा होना। जो इलाके वाले ने सामने वो चोरी करता फड़िया गया, सारे ने जुत्तियां प्यो प्यो के मारे कि तेरे तो उम्मीद नहीं सी कि तू यह पिंड की बेइज्जती कराएगा। जंगल विच मंगल होना, उजाड़ विच रौनक होनी, उजाड़ विच रौनक होनी। कोई इलाका बिल्कुल जिहड़ा थे बनिया होया, वो पिछले 5 सालों विच उत्थे जंगल विच मंगल होया, पहला इन्ने सालों तो वह उजाड़ पई सी इलाका। कोई भी इलाका लैके देख लो, ठीक है, जलंधर दे बाहर, ठीक है, जलंधर कुंज है, कुंज बिल्कुल उजाड़ भी आबान सी, ठीक है। हुण उत्थे आबादी हुई है, तो जंगल विच मंगल होया। नैक्सट है, जान विच जान होनी, आराम मिलना, हौसला होना। जदों यूक्रेन दे विच बच्चे बेचारे बच के अपना बॉर्डर पार करके भारत पहुंचे, तां उन्हां दी जान च जान आई है। जान सुकना, जार जार रोना, बहुत रोना, जूंदे मर जाना, दुखी होके परेशान होना। नैक्सट है, झज्जा भाग, झट टपाना, गुजारा करना। अजकल महंगाई के जमाने में झट टपाना ही बड़ा मुश्किल हो गया। झोली चुकना, खुशामद करनी, झोली चुकना, कोई भी काम करवाने लई अफसरां की झोली चुकनी पैंदी है, झाइयां लैनियां,
ਲੜਨ ਨੂੰ ਪੈਣਾ ਉਹਨੂੰ ਪਿਆਰ ਨਾਲ ਵੀ ਗੱਲ ਨੂੰ ਸਮਝਾਓ ਨਾ ਕੋਈ ਪਤਾ ਨਹੀਂ ਉਹਦਾ ਦਿਮਾਗ ਕਿਧਰਲੇ ਪਾਸੇ ਪਰੇਸ਼ਾਨ ਹੋਇਆ ਝਈਆਂ ਲੈਣ ਨੂੰ ਆਉਂਦਾ ਲੜਨ ਨੂੰ ਪੈਣਾ ਝੁੱਗਾ ਚੋੜ ਹੋਣਾ ਕਿਹਦਾ ਝੁੱਗਾ ਚੋੜ ਹੋਇਆ ਹੁਣੇ ਕਹਾਣੀ ਪੜ੍ਹੀ ਹੈ ਕਰਤਾਰ ਸਿੰਘ ਦੇ ਨਸ਼ਾ ਕਾਰਨ ਉਸਦਾ ਸਾਰਾ ਝੁੱਗਾ ਚੋੜ ਹੋ ਗਿਆ ਕਿੰਨਾ ਦਾ ਬਰਬਾਦ ਹੁੰਦਾ ਜਿਹੜੇ ਜੂਏ ਖੇਡਦੇ ਨੇ ਜਿਹੜੇ ਸ਼ਰਾਬ ਪੀਂਦੇ ਨੇ ਉਹਨਾਂ ਦਾ ਝੁੱਗਾ ਚੋੜ ਹੋ ਜਾਂਦਾ ਕਲੀਅਰ ਹੈ ਬੇਟੇ ਚਲੋ ਬੱਚੇ ਇਹਦੇ ਅਕੋਰਡਿੰਗ ਤੁਸੀਂ ਟੈਸਟ ਅੱਛਾ ਕਰਨਾ ਹੈ ਅੱਜ